ਦੇਖੋ, ਸੱਚ ਦੀ ਜਿਹੜੀ ਆ ਉਹ ਜਿੱਤ ਹੋਈ ਹੈ, ਇਮਾਨਦਾਰੀ ਜਿੱਤ ਹੋਈ ਹੈ, ਅਤੇ ਦੇਸ਼ ਦੀ ਜਿਹੜੀ ਨਿਆਂਪਾਲਿਕਾ ਹੈ ਉਹਦੇ 'ਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਹੋਰ ਜਿਹੜਾ ਉਹ ਵਧਿਆ। ਅਤੇ ਖਾਸ ਤੌਰ 'ਤੇ ਜਿਹੜੀਆਂ ਮਾਣਯੋਗ ਅਦਾਲਤ 'ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜੱਜ ਸਾਹਿਬ ਨੇ ਕਿ CBI ਜਿਹੜੀ ਹੈ ਉਹ ਸਰਕਾਰ ਦਾ ਜਿਹੜਾ ਤੋਤਾ ਬਣ ਕੇ ਜਿਹੜਾ ਪਿੰਜਰੇ ਦਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ। ਅਤੇ ਇਹੀ ਗੱਲ ਪ੍ਰਧਾਨ ਮੰਤਰੀ ਜੀ ਨੇ ਸੈਸ਼ਨ ਦੇ ਵਿੱਚ ਕਹੀ ਸੀ ਕਿ ਪੁਰਾਣੇ ਕਿਸੇ ਜੱਜ ਸਾਹਿਬ ਦੀ ਸਟੇਟਮੈਂਟ ਨੂੰ ਕੋਟ ਕਰਦੇ ਕਿ ਜੀ ਕਾਂਗਰਸ ਦੇ ਸਰਕਾਰ ਦੇ ਟਾਈਮ ਵੀ ਜਿਹੜੀ CBI ਪਿੰਜਰੇ ਦਾ ਜਿਹੜਾ ਤੋਤਾ ਬਣੀ ਹੋਈ ਹੈ। ਅਤੇ ਉਹੀ ਗੱਲ ਜਿਹੜੀ ਕਹਿ ਲਓ ਵੀ ਜੱਜ ਸਾਹਿਬ ਨੇ ਜਿਹੜੇ ਮਾਣਯੋਗ ਨੇ ਅੱਜ ਜਿਹੜੀ ਦੁਬਾਰਾ ਫਿਰ ਕਹਿ ਦਿੱਤੀ ਹੈ। ਸੋ ਇਹਦੀ ਜਿਹੜੀ ਸਟੇਟਮੈਂਟ ਤੋਂ ਸਾਫ ਜਿਹੜਾ ਪਤਾ ਲੱਗਦਾ ਜੋ ਗੱਲ ਪਹਿਲਾਂ ਅਸੀਂ ਕਹਿ ਰਹੇ ਸੀ, ਸਾਰੇ ਦੇਸ਼ ਦੇ ਲੋਕ ਕਹਿ ਰਹੇ ਸੀ, ਜੱਜ ਸਾਹਿਬ ਦੀ ਸਟੇਟਮੈਂਟ ਤੋਂ ਬਾਅਦ ਉਸ ਗੱਲ 'ਤੇ ਮੋਹਰ ਲੱਗ ਗਈ ਹੈ। ਸੋ ਨੈਤਿਕ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਵੀ, ਪ੍ਰਧਾਨ ਮੰਤਰੀ ਜੀ ਦੀ ਵੀ, ਕਿਉਂਕਿ ਜਿਨ੍ਹਾਂ ਦੇ ਅੰਡਰ CBI ਅਤੇ ED ਕੰਮ ਕਰਦੀਆਂ ਨੇ, ਜਦੋਂ ਮਾਣਯੋਗ ਅਦਾਲਤ ਦੀ ਇਹ ਸਟੇਟਮੈਂਟ ਆ ਜੇ ਤਾਂ ਉਹਨਾਂ ਨੂੰ ਆਪਣੇ ਪਾਸੋਂ ਜਿਹੜਾ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ। ਅਤੇ ਬਾਕੀ ਮੈਂ ਸਾਰੇ ਸਾਡੇ ਵਰਕਰਾਂ ਨੂੰ ਵਧਾਈ ਦਿੰਦਾ ਕਿਉਂਕਿ ਸੱਚ ਦੀ ਜਿੱਤ ਹੋਈ ਹੈ। ਕਿਉਂਕਿ ਕੇਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਮਾਣਯੋਗ ਕੋਰਟ ਨੇ ਕੀਤੀਆਂ ਉਹਦੇ ਵਿੱਚ ਕੁਛ ਹੈ ਹੀ ਨਹੀਂ ਸੀਗਾ, ਕਿਉਂਕਿ ਕੋਈ ਰੁਪਿਆ ਨਹੀਂ ਹਜੇ ਤੱਕ ਫੜਿਆ ਗਿਆ, ਕੋਈ ਮਨੀ ਟ੍ਰਾਇਲ ਨਹੀਂ ਸਾਬਤ ਹੁੰਦੀ। ਬਿਨਾਂ ਸਬੂਤਾਂ ਤੋਂ ਇੱਕ ਉਹ ਬੰਦਾ ਜਿਹਦੇ ਤੋਂ BJP ਨੇ 60 ਕਰੋੜ ਰੁਪਇਆ ਫੰਡ ਲਿਆ, ਜਿਹਦੇ ਤੋਂ ਪੈਸੇ ਲਏ, ਉਹਦੇ ਤੁਸੀਂ ਜਿਹੜਾ ਖੁਦ ਕਹਿ ਲਓ ਵੀ ਆਪ ਕਲਪਰੇਟ ਹੈ ਉਹਦੇ ਤੁਸੀਂ ਕਹਿਣ 'ਤੇ ਇੱਕ ਚੁਣੇ ਹੋਏ ਮੁੱਖ ਮੰਤਰੀ 'ਤੇ ਪਰਚਾ ਦਰਜ ਕਰ ਦਿੰਦੇ ਹੋ, ਉਹਨੂੰ ਅੰਦਰ ਕਰ ਦਿੰਦੇ ਹੋ, ਅਤੇ 22 ਮਹੀਨੇ CBI ਕਾਰਵਾਈ ਨਹੀਂ ਕਰਦੀ। ਅਤੇ ਜਿੱਦਣ ਪਤਾ ਵੀ ED ਦੇ ਕੇਸ 'ਚੋਂ ਜ਼ਮਾਨਤ ਹੋ ਗਈ, ਉੱਦਣ ਨਾਲ ਦੀ ਨਾਲ ਜਾ ਕੇ CBI ਫੜ ਲੈਂਦੀ ਹੈ। ਅਤੇ ਇਹ ਟਿੱਪਣੀ ਵੀ ਮਾਣਯੋਗ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਜਿਹੜੇ ਕੱਲ੍ਹ ਆਪਣੀ ਟਿੱਪਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ। ਸੋ ਸਾਰਾ ਪਤਾ ਲੱਗਦਾ ਕਿ ਪੋਲੀਟੀਕਲੀ ਮੋਟੀਵੇਟਡ ਜਿਹੜਾ ਕੇਸ ਹੈ ਕੀਤਾ ਗਿਆ ਸੀ। ਸੋ ਅਸੀਂ ਨਿਆਂਪਾਲਿਕਾ ਦਾ ਧੰਨਵਾਦ ਕਰਦੇ ਹਾਂ, ਅਤੇ ਕੇਜਰੀਵਾਲ ਜੀ ਦੇ ਬਾਹਰ ਆਉਣ ਵਾਲੀ ਹਰਿਆਣਾ ਇਲੈਕਸ਼ਨ 'ਚ ਵੀ ਬਹੁਤ ਪ੍ਰਭਾਵ ਪਵੇਗਾ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਸਾਰੇ ਚੜ੍ਹਦੀ ਕਲਾ 'ਚ ਨੇ, ਅਤੇ ਆਉਣ ਵਾਲੇ ਸਮੇਂ 'ਚ ਦਿੱਲੀ ਇਲੈਕਸ਼ਨ 'ਚ ਵੀ ਬੜੀ ਜ਼ੋਰ ਸ਼ੋਰ ਨਾਲ ਅਸੀਂ ਲੜਦੇ। ਦੇਖੋ, ਸੱਚ ਦੀ ਜਿਹੜੀ ਆ ਉਹ ਜਿੱਤ ਹੋਈ ਹੈ, ਇਮਾਨਦਾਰੀ ਜਿੱਤ ਹੋਈ ਹੈ, ਅਤੇ ਦੇਸ਼ ਦੀ ਜਿਹੜੀ ਨਿਆਂਪਾਲਿਕਾ ਹੈ ਉਹਦੇ 'ਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਹੋਰ ਜਿਹੜਾ ਉਹ ਵਧਿਆ। ਅਤੇ ਖਾਸ ਤੌਰ 'ਤੇ ਜਿਹੜੀਆਂ ਮਾਣਯੋਗ ਅਦਾਲਤ 'ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜੱਜ ਸਾਹਿਬ ਨੇ ਕਿ CBI ਜਿਹੜੀ ਹੈ ਉਹ ਸਰਕਾਰ ਦਾ ਜਿਹੜਾ ਤੋਤਾ ਬਣ ਕੇ ਜਿਹੜਾ ਪਿੰਜਰੇ ਦਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ। ਅਤੇ ਇਹੀ ਗੱਲ ਪ੍ਰਧਾਨ ਮੰਤਰੀ ਜੀ ਨੇ ਸੈਸ਼ਨ ਦੇ ਵਿੱਚ ਕਹੀ ਸੀ ਕਿ ਪੁਰਾਣੇ ਕਿਸੇ ਜੱਜ ਸਾਹਿਬ ਦੀ ਸਟੇਟਮੈਂਟ ਨੂੰ ਕੋਟ ਕਰਦੇ ਕਿ ਜੀ ਕਾਂਗਰਸ ਦੇ ਸਰਕਾਰ ਦੇ ਟਾਈਮ ਵੀ ਜਿਹੜੀ CBI ਪਿੰਜਰੇ ਦਾ ਜਿਹੜਾ ਤੋਤਾ ਬਣੀ ਹੋਈ ਹੈ। ਅਤੇ ਉਹੀ ਗੱਲ ਜਿਹੜੀ ਕਹਿ ਲਓ ਵੀ ਜੱਜ ਸਾਹਿਬ ਨੇ ਜਿਹੜੇ ਮਾਣਯੋਗ ਨੇ ਅੱਜ ਜਿਹੜੀ ਦੁਬਾਰਾ ਫਿਰ ਕਹਿ ਦਿੱਤੀ ਹੈ। ਸੋ ਇਹਦੀ ਜਿਹੜੀ ਸਟੇਟਮੈਂਟ ਤੋਂ ਸਾਫ ਜਿਹੜਾ ਪਤਾ ਲੱਗਦਾ ਜੋ ਗੱਲ ਪਹਿਲਾਂ ਅਸੀਂ ਕਹਿ ਰਹੇ ਸੀ, ਸਾਰੇ ਦੇਸ਼ ਦੇ ਲੋਕ ਕਹਿ ਰਹੇ ਸੀ, ਜੱਜ ਸਾਹਿਬ ਦੀ ਸਟੇਟਮੈਂਟ ਤੋਂ ਬਾਅਦ ਉਸ ਗੱਲ 'ਤੇ ਮੋਹਰ ਲੱਗ ਗਈ ਹੈ। ਸੋ ਨੈਤਿਕ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਵੀ, ਪ੍ਰਧਾਨ ਮੰਤਰੀ ਜੀ ਦੀ ਵੀ, ਕਿਉਂਕਿ ਜਿਨ੍ਹਾਂ ਦੇ ਅੰਡਰ CBI ਅਤੇ ED ਕੰਮ ਕਰਦੀਆਂ ਨੇ, ਜਦੋਂ ਮਾਣਯੋਗ ਅਦਾਲਤ ਦੀ ਇਹ ਸਟੇਟਮੈਂਟ ਆ ਜੇ ਤਾਂ ਉਹਨਾਂ ਨੂੰ ਆਪਣੇ ਪਾਸੋਂ ਜਿਹੜਾ ਅਸਤੀਫਾ ਜਿਹੜਾ ਉਹ ਦੇਣਾ ਚਾਹੀਦਾ। ਅਤੇ ਬਾਕੀ ਮੈਂ ਸਾਰੇ ਸਾਡੇ ਵਰਕਰਾਂ ਨੂੰ ਵਧਾਈ ਦਿੰਦਾ ਕਿਉਂਕਿ ਸੱਚ ਦੀ ਜਿੱਤ ਹੋਈ ਹੈ। ਕਿਉਂਕਿ ਕੇਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਮਾਣਯੋਗ ਕੋਰਟ ਨੇ ਕੀਤੀਆਂ ਉਹਦੇ ਵਿੱਚ ਕੁਛ ਹੈ ਹੀ ਨਹੀਂ ਸੀਗਾ, ਕਿਉਂਕਿ ਕੋਈ ਰੁਪਿਆ ਨਹੀਂ ਹਜੇ ਤੱਕ ਫੜਿਆ ਗਿਆ, ਕੋਈ ਮਨੀ ਟ੍ਰਾਇਲ ਨਹੀਂ ਸਾਬਤ ਹੁੰਦੀ। ਬਿਨਾਂ ਸਬੂਤਾਂ ਤੋਂ ਇੱਕ ਉਹ ਬੰਦਾ ਜਿਹਦੇ ਤੋਂ BJP ਨੇ 60 ਕਰੋੜ ਰੁਪਇਆ ਫੰਡ ਲਿਆ, ਜਿਹਦੇ ਤੋਂ ਪੈਸੇ ਲਏ, ਉਹਦੇ ਤੁਸੀਂ ਜਿਹੜਾ ਖੁਦ ਕਹਿ ਲਓ ਵੀ
ਆਪ ਕਲਪ੍ਰੇਟ ਆ ਉਹਦੇ ਤੁਸੀਂ ਕਹਿਣ 'ਤੇ ਇੱਕ ਚੁਣੇ ਹੋਏ ਮੁੱਖ ਮੰਤਰੀ 'ਤੇ ਪਰਚਾ ਦਰਜ ਕਰ ਦਿੰਦੇ ਹੋ, ਉਹਨੂੰ ਅੰਦਰ ਕਰ ਦਿੰਦੇ ਹੋ, ਅਤੇ 22 ਮਹੀਨੇ CBI ਕਾਰਵਾਈ ਨਹੀਂ ਕਰਦੀ, ਅਤੇ ਜਿੱਦਣ ਪਤਾ ਵੀ ED ਦੇ ਕੇਸ 'ਚੋਂ ਜ਼ਮਾਨਤ ਹੋ ਗਈ ਉੱਦਣ ਨਾਲ ਦੀ ਨਾਲ ਜਾ ਕੇ CBI ਫੜ ਲੈਂਦੀ ਹੈ। ਅਤੇ ਇਹ ਟਿੱਪਣੀ ਵੀ ਮਾਨਯੋਗ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਜਿਹੜੇ ਕੱਲ੍ਹ ਆਪਣੀ ਟਿੱਪਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ। ਸੋ ਸਾਰਾ ਪਤਾ ਲੱਗਦਾ ਕਿ ਪੋਲੀਟੀਕਲੀ ਮੋਟੀਵੇਟਡ ਜਿਹੜਾ ਕੇਸ ਹੈ ਕੀਤਾ ਗਿਆ ਸੀ। ਸੋ ਅਸੀਂ ਨਿਆਂਪਾਲਿਕਾ ਦਾ ਧੰਨਵਾਦ ਕਰਦੇ ਹਾਂ, ਅਤੇ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਆਉਣ ਵਾਲੀ ਹਰਿਆਣਾ ਇਲੈਕਸ਼ਨ 'ਚ ਵੀ ਬਹੁਤ ਪ੍ਰਭਾਵ ਪਵੇਗਾ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਸਾਰੇ ਚੜ੍ਹਦੀ ਕਲਾ 'ਚ ਨੇ, ਅਤੇ ਆਉਣ ਵਾਲੇ ਸਮੇਂ 'ਚ ਦਿੱਲੀ ਇਲੈਕਸ਼ਨ 'ਚ ਵੀ ਬੜੀ ਜ਼ੋਰ ਸ਼ੋਰ ਨਾਲ ਅਸੀਂ ਲੜਦੇ ਹਾਂ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।